सिद्धू साहब तुहाडे तो असीं दूसरे सिद्धू बारे जानकारी अज लैणी चाह रहे हां, मोस्ट क्योंकि वेलकम। तुहाडा ते उहनां दा सरनेम सेम ही है, नवजोत सिंह सिद्धू बारे असीं गलबात कर रहे हां जी। जी ते जगतार सिंह जी, की समझदे हो कि कित्थे गुम हो गए ने नवजोत सिंह सिद्धू, एक ऐसा लीडर जिहड़ा जदों भी बोलदा ते लोक उहनूं खड़ खड़ के सुणदे ने, उहदी इक इक गल दे विच वजन भी हुंदा, इक इक गल दे विच तर्क भी हुंदा, पर इह पंजाब दा लीडर जिस ते पंजाब दे लोकां नूं बहुत सारियां उम्मीदां ने कि उह पंजाब नूं अगे लै के जाणगे, पंजाब दी कमान संभालणगे, लोक भी तैयार ने ते लोकां ने भी उहनां नूं कोई जिहड़ी तोड़ आ उह शायद वोटां दी नहीं छड्डणी, पर आखिरकार सवाल यह है जी कि नवजोत सिंह सिद्धू आखिरकार गुम कित्थे ने, तुहानूं की लगदा? जी राव जी, बहुत तुसीं जो सवाल कीता, मैं कहां कि हर पंजाबी दे दिल दे विच सवाल होएगा कि नवजोत सिद्धू पॉलिटिकल तौर ते आने वाले दिनों च की फैसला लैणगे, कित्थे गुम हो गए है। बिलकुल जी, ਤੇ ਜਿੱਦਾਂ ਆਪਾਂ ਕਹਿੰਦੇ ਹਾਂ ਅੱਜ ਕੋਰੋਨਾ ਮਹਾਂਮਾਰੀ ਚੱਲਦੀ ਹੈ ਤੇ ਲੋਕਾਂ ਨੂੰ ਤਾਂ ਕਿਹਾ ਜਾਂਦਾ ਕਿ ਤੁਸੀਂ 15 ਦਿਨਾਂ ਲਈ ਜਿਹੜਾ ਹੈਗਾ ਆਈਸੋਲੇਟ ਹੋ ਕੇ ਘਰ 'ਚ ਬੈਠੋ। ਜੀ ਨਵਜੋਤ ਸਿੱਧੂ ਜਿਹੜਾ ਪੋਲੀਟੀਕਲ ਕੋਰੋਨਾ ਕਰਕੇ ਲੰਬੇ ਸਮੇਂ ਤੋਂ ਘਰ 'ਚ ਬੈਠਾ, ਉਹ ਸਮੱਸਿਆ ਇੱਕ ਅਲੱਗ ਕਿਸਮ ਦੀ ਹੈ। ਜੀ ਪਿਛਲੇ ਦਿਨਾਂ 'ਚ ਜੇ ਆਪਾਂ ਘਟਨਾਕ੍ਰਮ ਦੇਖੀਏ, ਜਿਹੜਾ ਦਿੱਲੀ ਦੇ ਵਿੱਚ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ, ਜੀ ਉਹਦੇ 'ਚ ਜਿਸ ਤਰ੍ਹਾਂ ਦਾ 23-24 ਜਿਹੜੇ ਹੈਗੇ ਸੀਨੀਅਰ ਲੈਵਲ ਦੇ ਕਾਂਗਰਸ ਪਾਰਟੀ ਦੇ ਆਗੂ ਹੈ, ਉਹਨੇ ਲੈਟਰ ਲਿਖੀ, ਉਹਦੇ ਤੇ ਵੀ ਚਰਚਾ ਹੋਈ। ਅਲਟੀਮੇਟਲੀ ਸੋਨੀਆ ਗਾਂਧੀ ਨੂੰ ਵੀ ਉਹਨਾਂ ਨੇ ਕਿਹਾ ਕਿ ਨਹੀਂ ਤੁਸੀਂ ਅਜੇ ਫਿਲਹਾਲ ਨਵੀਂ ਉਹਦੇ ਤੱਕ ਕੰਟੀਨਿਊ ਕਰੋਗੇ। ਉਹਦੇ ਚੋਂ ਜਿਹੜਾ ਰਾਓ ਜੀ ਇੱਕ ਅੰਦਰੂਨੀ ਜਿਹੜੇ ਸੋਰਸਿਸ ਤੋਂ ਨਿਕਲ ਕੇ ਗੱਲਾਂ ਆ ਰਹੀਆਂ ਉਹ ਇਹ ਹੈ ਕਿ ਅਗਲੇ ਦਿਨਾਂ ਦੇ ਅੰਦਰ ਜਿਹੜਾ ਹੈਗਾ ਪੰਜਾਬ ਦੇ ਅੰਦਰ ਵੀ ਇੱਕ ਵੱਡੀ ਜਿਹੜੀ ਹੈਗੀ ਹੈ ਰੱਦੋ ਬਦਲ ਕਾਂਗਰਸ ਦੇ ਅੰਦਰ ਹੋਏਗੀ, ਜਿਹਦੇ ਚਾਂਸ ਉਹਦੇ ਮੁਤਾਬਕ ਇਹ ਹੈ ਕਿ ਨਵੀਂ ਲੀਡਰਸ਼ਿਪ ਜਿਹੜੀ ਹੈਗੀ ਹੈ ਇਲੈਕਸ਼ਨ ਦੇ ਮੱਦੇਨਜ਼ਰ ਜਿਹੜੀ ਹੈਗੀ ਹੈ ਲਿਆਂਦੀ ਜਾਏਗੀ। ਕੀ ਫੇਰ ਬਦਲ ਹੋਏਗਾ ਇਹਦੇ ਬਾਰੇ ਤਾਂ ਦੇਖੋ ਬਿਲਕੁਲ ਨਾਂ ਲੈਣਾ ਮੁਸ਼ਕਲ ਹੁੰਦਾ ਹੈ, ਪਰ ਇਹ ਚਾਂਸ ਹੈਗੇ ਹੈ ਕਿ ਜਿਹੜਾ ਉਹ ਫੇਰ ਬਦਲ ਆ ਰਿਹਾ ਹੈ ਉਹਦੇ 'ਚ ਨਵਜੋਤ ਸਿੱਧੂ ਨੂੰ ਕੋਈ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਪਰ ਸਿੱਧੂ ਸਾਹਿਬ ਸਵਾਲ ਇਹ ਹੈ ਕਿ ਅਸੀਂ ਅਕਸਰ ਦੇਖਦੇ ਹਾਂ ਕਿ ਉਹ ਕਹਿੰਦੇ ਆ ਕਿ ਚੁੰਬਕ ਹੁੰਦਾ, ਚੁੰਬਕ ਦੇ ਜਦੋਂ ਦੋਨੋਂ ਪਾਸੇ ਸੇਮ ਹੋ ਜਾਂਦੇ ਆ ਫਿਰ ਤਾਂ ਉਹ ਇੱਕ ਦੂਜੇ ਨੂੰ ਖਿੱਚ ਲੈਂਦੇ ਆ, ਅਤੇ ਜਦੋਂ ਇੱਕ ਪਾਸਾ ਪੁੱਠਾ ਕਰ ਲੈਂਦੇ ਆ ਫਿਰ ਜਦੋਂ ਨੇੜੇ ਲੈ ਕੇ ਆਉਂਦੇ ਹਾਂ ਅਸੀਂ ਉਹ ਦੂਰ ਹੁੰਦੇ ਨੇ। ਇਹ ਤੁਸੀਂ ਵੀ ਸ਼ਾਇਦ ਆਪਣੇ ਬਚਪਨ ਵਿੱਚ ਵੀ ਦੇਖਿਆ ਹੋਊਗਾ, ਅਸੀਂ ਵੀ ਬੜਾ ਇਸ ਤਰ੍ਹਾਂ ਖੇਡੇ ਹਾਂ, ਅਤੇ ਇਸ ਤਰੀਕੇ ਦਾ ਇਹ ਜਿਹੜੇ ਹਾਲਾਤ ਇਸ ਸਮੇਂ ਲੱਗਦੇ ਨੇ ਕਿ ਉਹ ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਅਤੇ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਨੇ, ਅਤੇ ਉਹਨਾਂ ਦਾ ਸ਼ਾਇਦ ਜਿਹੜਾ ਪਾਸਾ ਉਹ ਘੁੰਮਿਆ ਹੋਇਆ, ਜਦੋਂ ਨੇੜੇ ਆਉਣ ਦੀ ਕੋਸ਼ਿਸ਼ ਕਰਦਾ ਜਾਂ ਲੈ ਕੇ ਆਉਣ ਦੀ ਉਹਨਾਂ ਨੂੰ ਕੋਈ ਕੋਸ਼ਿਸ਼ ਕਰਦਾ ਉਹ ਫਿਰ ਧੱਕੇ ਦੇ ਨਾਲ ਉਹ ਦੂਰ ਹੋ ਜਾਂਦੇ ਨੇ। ਤੁਹਾਨੂੰ ਕੀ ਲੱਗਦਾ ਕਿ ਹਾਈ ਕਮਾਂਡ ਦੇ ਲਈ ਕਿੰਨਾ ਕੁ ਮੁਸ਼ਕਲ ਹੋਊਗਾ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਦੇ ਲਈ ਰਾਜ਼ੀ ਕਰਨਾ, ਕਿਉਂਕਿ ਜੇ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਹਾਈ ਕਮਾਨ ਲੀਡ 'ਤੇ ਲੈ ਕੇ ਆਏਗੀ ਤਾਂ ਜ਼ਾਹਿਰ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਪਾਸੇ ਕਰਨਾ ਪਊਗਾ। ਤੁਹਾਨੂੰ ਕੀ ਲੱਗਦਾ ਕਿ ਹਾਈ ਕਮਾਨ ਦੇ ਵਿੱਚ ਇੰਨੀ ਪਾਵਰ ਹੈ ਕਿ ਉਹ ਸਿੱਧਾ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਗੱਲ 'ਤੇ ਰਾਜ਼ੀ ਕਰ ਸਕਦੇ ਨੇ? ਰਾਓ ਜੀ ਬਿਲਕੁਲ ਤੁਸੀਂ ਸਹੀ ਸਵਾਲ ਕਰ ਰਹੇ ਹੋ ਕਿ ਕੈਪਟਨ ਅਮਰਿੰਦਰ ਨੇ ਜੇ ਮੌਜੂਦਾ ਆਪਾਂ ਪੋਜੀਸ਼ਨ ਦੀ ਗੱਲ ਦੇਖੀਏ, ਜਿੱਦਾਂ ਮੈਂ ਸ਼ੁਰੂ 'ਚ ਕਮੈਂਟ ਕੀਤੇ ਹੈ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਬਾਰੇ, ਉਹਦੇ ਜਿਹੜਾ ਸਭ ਤੋਂ ਖੁੱਲ੍ਹ ਕੇ ਪੰਜਾਬ 'ਚੋਂ ਸਪਸ਼ਟ ਸਟੈਂਡ ਮੁੱਖ ਮੰਤਰੀ ਦੇ ਤੌਰ 'ਤੇ, ਬੇਸ਼ੱਕ ਕਾਂਗਰਸ ਦੇ ਦੂਜੇ ਰਾਜਾਂ ਦੇ ਜਿਹੜੇ ਮੁੱਖ ਮੰਤਰੀ ਆ ਉਹਨਾਂ ਨੇ ਵੀ ਇਹੀ ਸਟੈਂਡ ਲਿਆ ਕਿ ਜੀ ਜਿਹੜਾ ਗਾਂਧੀ ਪਰਿਵਾਰ ਹੈ ਖਾਸ ਤੌਰ 'ਤੇ ਸੋਨੀਆ ਗਾਂਧੀ ਦੀ ਲੀਡਰਸ਼ਿਪ ਰਹਿਣੀ ਚਾਹੀਦੀ ਹੈ। ਇਹਦੇ 'ਚ ਰਾਓ ਜੀ ਬੜਾ ਬਰੀਕ ਜਿਹਾ ਮਾਮਲਾ ਹੈਗਾ ਕਿ ਸੋਨੀਆ ਗਾਂਧੀ ਦੀ ਲੀਡਰਸ਼ਿਪ ਦੀ ਕੈਪਟਨ ਅਮਰਿੰਦਰ ਕਿਉਂ ਹਮਾਇਤ ਕਰ ਰਿਹਾ, ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਇਸ ਪਰਿਵਾਰ ਦੇ ਨਾਲ ਖਾਸ ਤੌਰ ਤੇ ਬਿਲਕੁਲ ਇਹਨਾਂ ਦਾ ਹੈ, ਗੱਲ ਕਰਦੇ ਤੇ ਬੜੀ ਨੇੜਤਾ ਹੈਗੀ ਹੈ। ਬਿਲਕੁਲ ਜੀ, ਕੈਪਟਨ ਸਾਹਿਬ ਜਦੋਂ ਵੀ ਤੁਸੀਂ ਦੇਖਦੇ ਹੋ ਕਿ ਜਦੋਂ ਵੀ ਉਹ ਆਪਣੇ ਰਿਹਾਇਸ਼ ਤੋਂ ਲਾਈਵ ਹੁੰਦੇ ਨੇ ਤੇ ਪਿੱਛੇ ਤਸਵੀਰ ਤੁਸੀਂ ਦੇਖ ਲਿਓ ਕਿ ਇੱਕ ਬਲੈਕ ਐਂਡ ਵਾਈਟ ਦੇ ਵਿੱਚ ਪਈ ਹੁੰਦੀ ਹੈ, ਹਮੇਸ਼ਾ ਲਗਾਈ ਹੁੰਦੀ ਹੈ ਰਾਜੀਵ ਗਾਂਧੀ ਤੇ ਨਾਲ ਸੋਨੀਆ ਗਾਂਧੀ, ਤੇ ਇਸ ਤੋਂ ਪਤਾ ਲੱਗਦਾ ਜੀ ਕਿੰਨੀ ਕੁ ਨੇੜਤਾ ਪਰਿਵਾਰ ਦੇ ਨਾਲ ਹੈਗੀ। ਬਿਲਕੁਲ ਐਬਸੋਲੂਟਲੀ ਰਾਈਟ ਜੀ, ਪਰ ਜੇ ਆਪਾਂ ਗੱਲ ਕਰੀਏ ਤੇ ਰਾਹੁਲ ਗਾਂਧੀ ਦੇ ਉਸ ਤਰ੍ਹਾਂ ਦੇ ਰਿਲੇਸ਼ਨ ਜਿਹੜੇ ਹੈਗੇ ਆ ਕੈਪਟਨ ਅਮਰਿੰਦਰ ਨਾਲ ਨਹੀਂ ਹੈ। ਜੇ ਆਉਣ ਵਾਲੇ ਦਿਨਾਂ ਦੇ ਅੰਦਰ ਦੇਖੋ ਇਹ ਗੱਲ ਵੀ ਜਿਵੇਂ ਦੀਵਾਰ ਤੇ ਲਿਖੀ ਜਾ ਚੁੱਕੀ ਹੈ, ਅੱਜ ਵੀ ਤੁਸੀਂ ਦੇਖਿਆ ਹੋਣਾ ਜਿਹੜਾ ਕਾਂਗਰਸ ਦੇ ਸੀਨੀਅਰ ਨੇਤਾ ਹੈਗਾ ਕਪਿਲ ਸਿੱਬਲ, ਉਹਦਾ ਵੀ ਮੀਡੀਆ 'ਚ ਬਿਆਨ ਆਇਆ ਕਿ ਸਾਡਾ ਪਰਪਸ ਕਾਂਗਰਸ ਨੂੰ ਮਜ਼ਬੂਤ ਕਰਨਾ ਹੈ, ਅਸੀਂ ਕੋਈ ਏਦਾਂ ਨਹੀਂ ਹੈਗੇ ਕਿ ਕਾਂਗਰਸ ਨੂੰ ਗਰਾਉਣਾ ਚਾਹੁੰਦੇ ਹਾਂ। ਸੋ ਅਗਲੇ 5-4 ਮਹੀਨਿਆਂ ਦੇ ਅੰਦਰ ਜੇ ਰੱਦੋ ਬਦਲ ਹੁੰਦੀ ਹੈ, 3 ਮਹੀਨਿਆਂ 'ਚ ਹੁੰਦੀ ਹੈ, ਤਾਂ ਉਹਦੇ 'ਚ ਜ਼ਿਆਦਾ ਪੋਸੀਬਿਲਿਟੀ ਹੈ ਕਿ ਰਾਹੁਲ ਦੇ ਹੱਥ ਕਮਾਂਡ ਸੌਂਪੀ ਜਾਏਗੀ, ਕਿਉਂਕਿ ਕਾਂਗਰਸ
ਇਹ ਗੱਲ ਦੀ ਪ੍ਰਾਈਸ ਮੌਜੂਦਾ ਪਰਿਸਥਿਤੀਆਂ 'ਚ ਨਹੀਂ ਪੇ ਕਰ ਸਕੇਗੀ ਕਿ ਗਾਂਧੀ ਪਰਿਵਾਰ ਤੋਂ ਇਲਾਵਾ ਕਿਸੇ ਹੋਰ ਨੇਤਾ ਨੂੰ ਚੁਣ ਲੈਣ। ਜੇ ਰਾਹੁਲ ਗਾਂਧੀ ਆਉਂਦਾ ਹੈ ਤਾਂ ਇਹ ਗੱਲ ਵੀ ਪੱਕੀ ਹੈ ਕਿ ਪੰਜਾਬ ਦੇ ਅੰਦਰ ਜਿਹੜਾ ਹੈਗਾ ਜਿੱਦਾਂ ਦੀਆਂ ਵੀ ਪਰਿਸਥਿਤੀਆਂ ਹੋਣਗੀਆਂ ਉਹ ਜਿਹੜਾ ਹੈਗਾ ਨਵਜੋਤ ਸਿੱਧੂ ਨੂੰ ਜ਼ਿੰਮੇਵਾਰੀ ਦੇਗਾ। ਸੋ ਸਾਰਾ ਇੱਕ ਕੜੀ ਬਣੀ ਵੀ ਹੈ ਜਿਹੜੀ ਹੈਗੀ ਹੈ, ਜਿਹਦੀ ਆਉਣ ਵਾਲੇ ਦਿਨਾਂ 'ਚ ਜਿਹੜੇ ਪੋਲੀਟੀਕਲ ਸਰਕਲ ਆ ਉਹ ਦੇਖ ਰਹੇ ਹੈ ਕਿ ਇੱਦਾਂ ਦੀ ਪੋਸੀਬਿਲਿਟੀ ਹੋ ਸਕਦੀ ਹੈ ਨਵਜੋਤ ਸਿੱਧੂ ਨੂੰ ਜ਼ਿੰਮੇਵਾਰੀ ਦੇਣ ਦੀ। ਇੱਕ ਗੱਲ ਮੈਂ ਹੋਰ ਕਹਿ ਕੇ ਇਸ ਮੁੱਦੇ ਤੇ ਤੁਸੀਂ ਫਿਰ ਆਪਣਾ ਕੁਐਸਚਨ ਅੱਗੇ ਲੈ ਸਕਦੇ ਹੋ, ਉਹ ਹੈ ਕਿ ਜਿਹੜੀ ਮੌਜੂਦਾ ਇਸ ਵੇਲੇ ਸਥਿਤੀ ਬਣੀ ਹੈ, ਕੈਪਟਨ ਅਮਰਿੰਦਰ ਨੇ ਜਦੋਂ ਪੰਜਾਬ ਵਿਧਾਨ ਸਭਾ 'ਚ ਕਿਸਾਨੀ ਮੁੱਦਿਆਂ ਤੇ ਕੀਤਾ ਉਹ ਕੀਤਾ, ਉਹ ਤੇ ਠੀਕ ਹੈ ਕਿ ਸੈਂਟਰ ਦੇ ਖਿਲਾਫ ਕਹਿਣਾ ਬੜਾ ਸੌਖਾ ਹੁੰਦਾ ਹੈ, ਪਰ ਪੰਜਾਬ ਦੀ ਜੇ ਆਪਣੀ ਹਾਲਾਤ ਕਹਿ ਲਈਏ, ਜਿੱਦਾਂ ਤੁਸੀਂ ਵੀ ਕਹਿ ਰਹੇ ਸੀ ਕਿ ਜਿਹੜੇ ਪੰਜਾਬੀਆਂ ਦੇ ਨਾਲ ਇਹਨਾਂ ਨੇ ਵਾਅਦੇ ਕੀਤੇ ਉਹਨਾਂ ਵਾਅਦਿਆਂ ਤੋਂ ਵਾਅਦਾ ਤਾਂ ਪੂਰਾ ਹੋਇਆ ਨਹੀਂ ਜੀ। ਕੈਪਟਨ ਅਮਰਿੰਦਰ ਦੀ ਉਹ ਸ਼ਾਖ ਨਹੀਂ ਹੈ ਜਿਹੜੀ 5 ਸਾਲ ਜਾਂ ਉਸ ਤੋਂ ਪਹਿਲਾਂ ਸੀ ਸੱਤਾ 'ਚ ਆਉਣ ਵੇਲੇ ਸੀ। ਇਸ ਕਰਕੇ ਕਾਂਗਰਸ ਨੇ ਜੇ ਪੰਜਾਬ ਨੂੰ ਆਪਣੇ ਹੱਥ 'ਚ ਰੱਖਣਾ ਤਾਂ ਇਹ ਵੀ ਕਾਰਡ 'ਤੇ ਹੈ ਕਿ ਲੀਡਰਸ਼ਿਪ 'ਚ ਤਬਦੀਲੀ ਕਰਨੀ ਪਏਗੀ। ਜੇ ਨਹੀਂ ਕਰਨਗੇ ਤਾਂ ਫਿਰ ਹਾਸ਼ੀਏ 'ਤੇ ਬੈਠਣ ਲਈ ਇੱਦਾਂ ਹੀ ਤਿਆਰ ਰਹਿਣਗੇ ਜਿੱਦਾਂ ਇਸ ਵੇਲੇ ਅਕਾਲੀ ਦਲ ਬੈਠਾ ਹੈ। ਜੀ ਰਾਓ ਜੀ ਜੀ। ਅੱਛਾ ਸਿੱਧੂ ਸਾਹਿਬ, ਨਵਜੋਤ ਸਿੰਘ ਸਿੱਧੂ ਨੇ ਤੁਹਾਨੂੰ ਵੀ ਯਾਦ ਹੀ ਹੋਣਾ ਕਿ ਥੋੜ੍ਹੇ ਸਮਾਂ ਪਹਿਲਾਂ ਇਹਨਾਂ ਨੇ ਇੱਕ ਯੂਟਿਊਬ ਚੈਨਲ ਬਣਾਇਆ ਸੀ, ਨਾਂ ਰੱਖਿਆ ਸੀ ਜਿੱਤੇਗਾ ਪੰਜਾਬ ਜੀ, ਤੇ ਉਹਦੇ ਤੇ ਵੀ ਲੋਕਾਂ ਨੂੰ ਬੜੀ ਉਮੀਦ ਸੀ ਕਿ ਚਲੋ ਠੀਕ ਹੈ ਸਿੱਧੂ ਸਾਹਿਬ ਨੇ ਚੈਨਲ ਬਣਾ ਲਿਆ ਜੀ ਯੂਟਿਊਬ ਦਾ ਆਪਣਾ, ਤੇ ਹੁਣ ਸ਼ਾਇਦ ਸਾਨੂੰ ਇਸ ਤੇ ਘੱਟੋ ਘੱਟ ਦਰਸ਼ਨ ਹੋ ਜਾਇਆ ਕਰਨਗੇ। ਸਿੱਧੂ ਸਾਹਿਬ ਕੀ ਕਹਿਣਾ ਚਾਹੁੰਦੇ ਨੇ ਲੋਕਾਂ ਨੂੰ ਪਤਾ ਲੱਗ ਜਾਏਗਾ, ਬੜੀ ਉਮੀਦ ਸੀ। ਪਰ ਹੈਰਾਨੀ ਦੇਖੋ ਉਦੋਂ ਹੁੰਦੀ ਹੈ ਜਗਤਾਰ ਜੀ, ਜਦੋਂ ਚੈਨਲ ਤਾਂ ਬਣਾ ਲਿਆ ਜਾਂਦਾ ਹੈ ਅਤੇ ਜਦੋਂ ਵੀ ਕੋਈ ਇਨਫੋਰਮੇਸ਼ਨ ਦਿੱਤੀ ਹੁੰਦੀ ਹੈ, ਹੁਣ ਜਿਵੇਂ ਮੈਂ ਤੁਹਾਨੂੰ ਦੱਸ ਦਿੰਦਾ ਕਿ ਸ਼ਾਇਦ ਇਸੇ ਪਿਛਲੇ ਹਫ਼ਤੇ ਸ਼ਾਇਦ ਐਤਵਾਰ ਦਾ ਦਿਨ ਸੀ ਅਤੇ ਉਹ ਚੈਨਲ 'ਤੇ ਫਲੈਸ਼ ਆ ਰਹੀ ਸੀ ਕਿ 1 ਵਜੇ ਇਸ ਚੈਨਲ ਲਾਈਵ ਹੋਏਗਾ, ਲੋਕਾਂ ਨੂੰ ਕਾਫ਼ੀ ਇਹ ਸੀ, ਖੁਦ ਮੈਨੂੰ ਵੀ ਉਮੀਦ ਸੀ ਕਿ ਸ਼ਾਇਦ ਅੱਜ ਨਵਜੋਤ ਸਿੰਘ ਸਿੱਧੂ ਆਪਣੇ ਚੈਨਲ 'ਤੇ ਬਈ ਲਾਈਵ ਹੋ ਕੇ ਗੱਲ ਕਰਨਗੇ। ਪਰ ਉਹ ਜਦੋਂ 1 ਵਜੇ ਲਗਾਇਆ ਉਹਨਾਂ ਨੇ ਫਿਰ ਉਹੀ ਪੁਰਾਣਾ ਪੈਕੇਜ, ਉਹੀ ਬਰਗਾੜੀ ਵਾਲਾ, ਉਹੀ ਆਪਣੇ ਭਾਸ਼ਣ ਵਾਲਾ ਪੈਕੇਜ, ਉਹ ਇੱਕ ਪੂਰਾ ਬਣ ਕੇ 1.5 ਘੰਟੇ ਦਾ ਚਲਾਤਾ ਅਤੇ ਖਤਮ ਕਰ ਦਿੱਤਾ। ਅਤੇ ਇਸ ਤਰ੍ਹਾਂ ਫਿਰ ਕੀ ਲੱਗਦਾ ਕਿ ਹੁਣ ਤਾਂ ਉਹਨਾਂ ਨੇ ਚੈਨਲ ਵੀ ਆਪਣਾ ਬਣਾ ਲਿਆ ਅਤੇ ਉਹ ਤਾਂ ਬੜਾ ਸਿੰਪਲ ਜਿਹਾ ਪਲੇਟਫਾਰਮ ਹੈ ਕਿ ਉਹ ਸਿੱਧੂ ਸਾਹਿਬ ਗੱਲ ਕਰ ਸਕਦੇ ਆ, ਅਤੇ ਫਿਰ ਅਸੀਂ ਕਿਵੇਂ ਕਹਿ ਦਈਏ ਕਿ ਸਿੱਧੂ ਸਾਹਿਬ ਮਤਲਬ ਇਹੀ ਲੱਗ ਰਿਹਾ ਕਿ ਉਹ ਹਜੇ ਫਿਰ ਜਾਣ ਬੁੱਝ ਕੇ ਗੱਲ ਕਰਨੀ ਨਹੀਂ ਚਾਹੁੰਦੇ, ਕੁਛ ਬੋਲਣਾ ਨਹੀਂ ਚਾਹੁੰਦੇ। ਸ਼ਾਇਦ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਗੱਲ ਹੈ ਕਿ ਮੈਂ ਜੇ ਕੁਛ ਬੋਲਾਂ ਤਾਂ ਮੇਰਾ ਕੋਈ ਪਾਸਾ ਪੁੱਠਾ ਨਾ ਪੈ ਜੇ, ਚਾਹੇ ਉਹ ਕਾਂਗਰਸ ਦੇ ਵਿੱਚ ਚਾਹੇ ਉਹ ਕਿਸੇ ਹੋਰ ਪਾਰਟੀ ਦੇ ਵਿੱਚ। ਤੁਹਾਨੂੰ ਕੀ ਲੱਗਦਾ ਜੀ? ਜੀ, ਆਮ ਜਿਹੜਾ ਪੰਜਾਬੀ ਜੋ ਤੁਸੀਂ ਕਹਿ ਰਹੇ ਹੋ ਬਿਲਕੁਲ ਸਹੀ ਤਰਜਮਾਨੀ ਕੀਤੀ ਹੈ ਤੁਸੀਂ ਇਸ ਗੱਲ ਦੀ, ਉਹ ਉਮੀਦ ਕਰਦੇ ਆ ਕਿ ਹੁਣ ਜੋ ਸਿੱਧੂ ਨੂੰ ਅੱਗੇ ਆਉਣਾ ਚਾਹੀਦਾ, ਆਪਣੀ ਗੱਲ ਕਹਿਣੀ ਚਾਹੀਦੀ ਹੈ। ਜਿੱਦਾਂ ਆਪਾਂ ਦੇਖ ਰਹੇ ਹਾਂ ਪੰਜਾਬ ਹੌਲੀ ਹੌਲੀ ਕਰਕੇ ਇਲੈਕਸ਼ਨ ਵੱਲ ਤਾਂ ਵੱਧ ਹੀ ਰਿਹਾ, ਚਾਹੇ 1.5 ਸਾਲ ਰਹਿ ਗਿਆ, ਕਿਉਂਕਿ ਜਦੋਂ ਸਾਲ ਕਦੋਂ ਘੱਟਦਾ ਸਮਾਂ ਰਹਿ ਜਾਂਦੇ ਆਪਾਂ ਨਵੇਂ ਸਾਲ 'ਚ ਜਾਵਾਂਗੇ ਤਾਂ ਉਦੋਂ ਤਾਂ ਪੰਜਾਬ 'ਚ ਲਾਲਾ ਲਾਲਾ ਹੋ ਜਾਣੀ ਹੈ ਇਲੈਕਸ਼ਨ ਦੇ ਲਈ, ਸਾਰਾ ਤੌਰ ਤਰੀਕਾ ਬਦਲ ਜਾਣਾ। ਹੁਣ ਹੀ ਦੇਖ ਲਓ ਤੁਸੀਂ ਪੋਲੀਟੀਕਲ ਪਾਰਟੀਆਂ ਕੋਈ ਵੀ ਪਾਸਾ ਸੁੱਟਦੀਆਂ ਤਾਂ ਉਹਨਾਂ ਦਾ ਪਿਛੋਕੜ 'ਚ ਮੰਤਵ ਅਗਲੀਆਂ ਵਿਧਾਨ ਸਭਾ ਦੀਆਂ ਇਲੈਕਸ਼ਨ ਹੀ ਹੁੰਦੀਆਂ, ਬਿਲਕੁਲ ਜੀ, ਉਹ ਗੱਲ ਵੀ ਇਸੇ ਨਾਲ ਸ਼ੁਰੂ ਕਰਦੇ ਤੇ ਖਤਮ ਵੀ ਇਸੇ ਗੱਲ ਨਾਲ ਕਰਦੇ ਆ। ਸੋ ਪੰਜਾਬ ਇਲੈਕਸ਼ਨ ਦੇ ਮੋੜ 'ਚ ਆ ਹੀ ਗਿਆ ਤੇ ਉਹਦੇ 'ਚ ਨਵਜੋਤ ਸਿੱਧੂ ਨੂੰ ਵੀ ਬਹੁਤੀ ਦੇਰ ਤਾਂ ਹੀ ਹੁਣ ਇਸ ਤਰ੍ਹਾਂ ਚੁੱਪ ਕਰਕੇ ਗੁਜ਼ਾਰਾ ਨਹੀਂ ਹੋ ਸਕਦਾ ਜੇ ਪੰਜਾਬ ਦੇ 'ਚ ਉਹਨੇ ਵਿਛੜਨਾ। ਇੱਕ ਗੱਲ ਰਾਓ ਜੀ ਪੱਕੀ ਹੈ, ਜੋ ਚੁੱਪ ਕਰਕੇ ਬੈਠਾ ਜਾਂ ਤੇ ਜਿੱਦਾਂ ਆਪਾਂ ਡਿਸਕਸ ਕਰ ਰਹੇ ਹਾਂ ਕਿ ਕੇਂਦਰੀ ਲੀਡਰਸ਼ਿਪ ਵੱਲੋਂ ਜਿਹੜਾ ਹੈਗਾ ਉਸ ਨੂੰ ਇਸ ਗੱਲ ਦਾ ਕੋਈ ਸੰਕੇਤ ਹੈ ਤਬਦੀਲੀ ਦਾ ਕਿ ਇੱਦਾਂ ਦੀ ਪੋਸੀਬਿਲਿਟੀ ਹੋ ਸਕਦੀ ਹੈ, ਬਿਲਕੁਲ, ਤੇ ਪਰ ਇਹ ਬਹੁਤਾ ਲੰਬੀ ਗੱਲ ਜਿਹੜੀ ਕਿ ਚੱਲੇਗੀ ਨਹੀਂ, ਆਉਣ ਵਾਲੇ ਦਿਨਾਂ 'ਚ ਗੱਲ ਸਾਹਮਣੇ ਆਏਗੀ ਆਏਗੀ ਕਿ ਨਵਜੋਤ ਸਿੱਧੂ ਲਈ ਰਿਸਪੋਂਸੀਬਿਲਿਟੀ ਦਿੱਤੀ ਜਾਂਦੀ ਹੈ ਤਾਂ ਚੰਗੀ ਗੱਲ ਹੈ, ਤੇ ਕੀ ਨਵਜੋਤ ਸਿੱਧੂ ਜੇ ਰਿਸਪੋਂਸੀਬਿਲਿਟੀ ਨਹੀਂ ਮਿਲਦੀ ਤਾਂ ਕੋਈ ਹੋਰ ਰਾਹ ਅਖਤਿਆਰ ਕਰਨਗੇ। ਬਿਲਕੁਲ, ਇਹ ਹੁਣ ਪੱਤੇ ਖੋਲਣੇ ਹੀ ਪੈਣੇ ਆ ਕਾਂਗਰਸ ਨੂੰ ਵੀ ਤੇ ਨਵਜੋਤ ਸਿੱਧੂ ਨੂੰ। ਜੀ ਜੀ ਜੀ, ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਸਰ ਜਗਤਾਰ ਸਿੰਘ ਸਿੱਧੂ ਜੀ ਸਾਨੂੰ ਸਮਾਂ ਦੇਣ ਦੇ ਲਈ, ਬਹੁਤ ਬਹੁਤ ਤੁਹਾਡੀ ਮਿਹਰਬਾਨੀ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।